ਸ਼ੁਰੂ ਕਰਦੇ ਹਾਂ ਅਬੇ मजा ਆਏਗਾ ਨਾ ਭਿੜੋ ਬismillah अर रहमान रहीम अस्सलाम वालेकुम ਸੱਜਣੋ ਮਿੱਤਰੋ ਵੀਰੋ ਕੀ ਹਾਲ ਚਾਲ ਠੀਕ ਠਾਕ ਹੋ ਆ ਗਿਆ ਮੈਂ ਇੱਕ ਹੋਰ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਗੇਮ ਦੇ ਵਿੱਚ ਆਇਆ ਜੀ ਬੋਆਪਾਸ ਦਾ ਸੀਜ਼ਨ 10 ਉਹਨੂੰ ਕੱਢਾਂਗੇ ਤੇ ਜਨਾਬ ਉਹਦੇ ਲੈਵਲ ਵੀ ਅਪ ਕਰਾਂਗੇ ਉਹ ਬੰਡਲ ਨੂੰ ਅਪਗ੍ਰੇਡ ਕਰਾਂਗੇ ਤਾਂ ਵੀਡੀਓ ਬੜੀ ਵਧੀਆ ਹੋਣ ਵਾਲੀ ਹੈ ਵੀਡੀਓ ਅੱਗੇ ਵਧਣ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦੇ ਬਟਨ ਨੂੰ ਦਬਾ ਕੇ ਆਲਰਟ ਨੋਟੀਫਿਕੇਸ਼ਨ ਤੇ ਵੀ ਇਹਨੂੰ ਕਲਿੱਕ ਕਰ ਲਓ ਤੇ ਜੀ ਇਹ ਹੈਗਾ ਜੀ ਫੈਟਡ ਵੀਲ 300 ਡਾਇਮੰਡ ਦਾ ਹੁੰਦਾ ਜਾਨਕਾ 300 ਮਤਲਬ 300 ਡਾਇਮੰਡ ਦਾ ਤਕਰੀਬਨ ਹੁੰਦਾ ਹੈ ਜੀ ਤੇ ਇਹਨੂੰ ਕੱਢਾਂਗੇ ਜੀ ਫਟਾਫਟ ਤੇ ਇਹਦੇ ਜਿਹੜੇ ਲੈਵਲ ਨੇ ਨਾ ਅਸੀਂ ਉਹ ਸਿਰਫ 50 ਹੀ ਲਵਾਂਗੇ 700 ਡਾਇਮੰਡ ਦੇ ਬੰਡਲ ਨੂੰ ਅਸੀਂ ਫੋਲ ਅਪਗ੍ਰੇਡ ਕਰਾਂਗੇ ਕਿਉਂਕਿ ਮੇਰੇ ਕੋਲ ਯੂਨੀਵਰਸਲ ਟੋਕਨ ਜਿਹੜੇ ਇਹਦੇ ਪਏ ਹੋਏ ਨੇ ਉਹ ਕਾਫੀ ਜ਼ਿਆਦਾ ਨਹੀਂ ਬੋਇਆ ਪਾਸ ਦੇ ਤੇ ਉਹਦੀ ਮਦਦ ਨਾਲ ਜਨਾਬ ਅਸੀਂ ਬੰਡਲ ਨੂੰ ਅਪਗ੍ਰੇਡ ਕਰਾਂਗੇ ਤੇ ਫਿਰ ਦੇਖਾਂਗੇ ਕਿ ਜਨਾਬ ਇਹ ਬੰਡਲ ਕਿੰਨਾ ਲੱਗਦਾ ਤੇ ਇਹ ਹੋ ਗਿਆ ਜੀ ਬੋਇਆ ਪਾਸ ਆ ਗਿਆ ਜੀ ਹੁਣ ਅਸੀਂ ਚੱਲਦੇ ਆ ਜੀ ਬੋਇਆ ਪਾਸ ਸੈਕਸ਼ਨ ਵਿੱਚ ਆ ਤੁਸੀਂ ਦੇਖ ਸਕਦੇ ਹੋ ਜੀ ਦਸਵਾਂ ਬੋਇਆ ਪਾਸ ਹੈ ਜੀ ਠੀਕ ਹੈ ਜੋ ਬੋਇਆ ਪਾਸ ਸ਼ੁਰੂ ਹੈ ਜੀ ਜਿਸ ਨੂੰ ਉਹਨਾਂ ਨੇ ਕੌਂਗ੍ਰੈਚ ਕੀਤਾ ਜੀ ਕਿ ਤੁਸੀਂ 10 ਦਫਾ ਜੀ ਬੋਆਬਸ ਓਪਨ ਕਰ ਲਿੱਤਾ ਤੇ ਇਹ ਕਲੇਮ ਹਾਲ ਕਰ ਲਾਂਗੇ ਇਹਦਾ ਕੋਈ ਚੰਦ ਹੀ ਲੈਵਲ ਵਧੇ ਨੇ ਤੇ ਬੰਡਲ ਖੋਲਣ ਵਾਸਤੇ ਜੀ 50 ਲੈਵਲ ਕਰਨਾ ਜ਼ਰੂਰੀ ਨੇ ਤੇ ਕੈਰੈਕਟਰਸ ਆ ਕੋ ਸਾਰੇ ਹੀ ਹੈਗੇ ਨੇ ਤੇ ਇੱਕ ਕੈਰੈਕਟਰ ਨੂੰ ਤੇ ਕੈਨਸਲ ਕਰਾਂਗੇ ਜੀ ਤੇ ਇਹ ਤੋਂ ਅੱਗੇ ਜਾ ਕੇ ਐ 700 ਡਾਇਮੰਡ ਵਾਲਾ ਸੀ ਪਰਚੇਸ ਕਰ ਲਾਂਗੇ ਇਹਨੂੰ ਪਰਚੇਸ ਕਰਨ ਤੋਂ ਬਾਅਦ ਬੰਡਲ ਗੇ ਜੀ ਖੁੱਲ ਸਾਰੇ ਉੜੀ ਦਾ ਵੀ ਤੇ ਮੁੰਡਿਆਲੇ ਦਾ ਵੀ ਠੀਕ ਹੈ ਜੀ ਹੁਣ ਇਹਨਾਂ ਨੂੰ ਕੁਇਪਟ ਨਹੀਂ ਕਰਾਂਗੇ ਇਹਨਾਂ ਨੂੰ ਓਕੇ ਕਰਾਂਗੇ ਆ ਦੇਖ ਲਓ ਜੀ ਚੀਜ਼ਾਂ ਜਿਹੜੀਆਂ ਵੀ ਮਿਲੀਆਂ ਨੇ ਸਾੜੀਆਂ ਤੁਹਾਡੇ ਸਾਹਮਣੇ ਨੇ ਇਹ ਇਵਨ ਟੋਕਨ ਹੈਗੇ ਜੀ ਤੇ ਇਹਨੂੰ ਯੂਨੀਵਰਸਲ ਜੀ ਕਨਵਰਟ ਕਰਾਂਗੇ ਤੇ ਹੁਣ ਚੱਲਦੇ ਆ ਜੀ ਲੌਬੀ ਦੇ ਵਿੱਚ ਤੇ ਲੌਬੀ ਜੀ ਜਿਹੜੇ ਚੱਲ ਗਏ ਇੱਕ ਕਰੈਕਟਰ ਨੂੰ ਚੂਜ਼ ਕਰਦੇ ਆ ਤੇ ਉਹਨੂੰ ਪਵਾਨੇ ਆ ਬੰਡਲ ਤੇ ਉਹਨੂੰ ਬੰਡਲ ਐ ਪਵਾ ਕੇ ਤੇ ਇਹਨੂੰ ਕਰਦੇ ਆ ਅਪਗ੍ਰੇਡ ਤੇ ਇਹ ਜੀ ਪਹਿਲਾ ਜਿਹੜਾ ਇਹ ਦੇਖੋ ਜੀ ਇਹ ਬੰਡਲ ਜਿਹੜਾ ਹੈ ਪਹਿਲਾ ਇਹਦਾ ਜਿਹੜਾ ਯਾਨੀ ਕਿ ਬਿਲਕੁਲ ਤਾਜ਼ਾ ਜਿਆ ਜੰਮਿਆ ਹੁੰਦਾ ਨਾ ਇਹ ਓਏ ਤੇ ਇਹਨੂੰ ਜੇ ਦੇਖੋ ਜੀ ਵਾਰੀ ਵਾਰੀ ਕਰਾਂਗੇ ਜੇ ਹਰ ਚੀਜ਼ਾਂ ਨੂੰ ਅਪਗ੍ਰੇਡ ਤੇ ਤੁਸੀਂ ਵੇਖੀ ਜਾਓ ਤੁਸੀਂ ਮੈਨੂੰ ਦੱਸਣਾ ਕਿ ਇਹ ਬੰਡਲ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਤਾਂ ਆਨੇ ਦਾ ਨਹੀਂ ਲੱਗਾ ਜੇ ਇਹਨੂੰ ਗੱਲ ਪੁੱਛਦੇ ਹੋ ਇਹਦਾ ਨਾ ਇਹ ਟਾਪ ਚੰਗਾ ਜੀ ਨਾ ਇਹਦਾ ਬਾਟਮ ਚੰਗਾ ਜੀ ਇਹਦਾ ਕੱਖਵਰੀ ਜੇ ਚੰਗਾ ਲੱਗਾ ਮੈਨੂੰ ਠੀਕ ਹੈ ਤੇ ਮੈਂ ਇਹਦੇ ਬਿਲਕੁਲ ਵੀ ਨਹੀਂ ਪਾਵਾਂਗਾ ਇਹ ਤੋਂ ਪਹਿਲੇ ਜਿਹੜਾ ਕੋਈ ਬੰਡਲ ਆਏ ਸੀ ਬੋਆਪਾਸ ਦੇ ਉਹ ਤਾਂ ਫੇਰ ਵੀ ਮੈਂ ਤੁਹਾਡੇ ਬਾਦ ਪਾਏ ਆ ਤੇ ਇਹ ਤਾਂ ਬਿਲਕੁਲ ਹੀ ਦਿਖ ਰੋ ਕੋਈ ਰਸਵਦੀ ਹੈ ਹੀ ਨਹੀਂ ਤੇ ਅੱਛਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਵੀਡੀਓ ਦਾ ਤੁਸੀਂ ਟਾਈਟਲ ਦੇਖਿਆ ਹੋਣਾ ਕਿ ਇਸ ਤੋਂ ਬਾਅਦ ਅਸੀਂ ਗਰੋਜ਼ਰੀ ਕਰਨੀ ਹੈ ਅਸਲ ਦੇ ਵਿੱਚ ਇਹ ਵੀਡੀਓ ਕੱਲ ਦੀ ਬਣੀ ਸੀ ਮਸਰੂਫੀਆਂ ਦੀ ਵਾ ਤਾਂ ਅਪਲੋਡ ਨਹੀਂ ਹੋਈ ਤੇ ਅੱਜ ਆਈ ਹੈ ਜੀ ਗਰੋਜ਼ਰੀ ਉਫੋ ਫਰੋਦਾ ਇਹੋ ਗਰੋਦਾ ਪਹਿਲੀ ਵੀਜ਼ਾ ਇਹੋ ਜੋ ਹੈ ਇਹ ਨਾ ਗਰੋਦਾ ਇਹਦਾ ਹਫਟਡ ਵੀਲ ਵੀ ਆਇਆ ਹੈ ਤੇ ਉਹ ਕੱਢਾਂਗੇ ਇਸ ਤੋਂ ਬਾਅਦ ਤੁਹਾਨੂੰ ਉਹ ਜਨਾਬ ਵੇਖਣ ਨੂੰ ਵੀਡੀਓ ਮਿਲੇਗੀ ਜਿਹੜੀ ਬਿਲਕੁਲ ਚੱਲਦੀ ਪਈ ਹੈ ਤੇ ਵੀਡੀਓ ਨੂੰ ਤੁਸੀਂ ਪੂਰੀ ਦੇਖਣਾ ਸਕਿਪ ਕੋਈ ਨਹੀਂ ਕਰਨਾ ਅੱਗੇ ਭੱਜਣ ਦੀ ਲੋੜ ਕੋਈ ਨਹੀਂ ਵੀਡੀਓ ਕੇ ਕੱਢਣ ਦੀ ਲੋੜ ਕੋਈ ਨਹੀਂ ਆਹ ਦੇਖ ਲਓ ਜੀ ਤੀਜਾ ਲੈਵਲ ਇਹਦਾ ਆ ਜੀ ਇਹ ਦੇਖ ਲਓ ਤੁਹਾਡੀ ਅੱਖਾਂ ਦੇ ਸਾਹਮਣੇ ਜੇ ਆਹ ਦੇਖ ਲਓ ਥੱਲੇ ਇਹ ਮੱਛੀ ਦੀ ਥੀਮ ਤੇ ਬਣਿਆ ਜੀ ਤੇ ਹੁਣ ਚੱਲਦੇ ਜੀ ਉਸ ਫੈਡਡ ਵੀਲ ਲ ਜਿਹੜਾ ਕਿ ਅਸੀਂ ਉਹਦਾ ਗਰੋਜ਼ੇ ਦਾ ਕੱਢਣਾ ਹੈ ਸ਼ਾਬਾਸ਼ ਬੇਟਾ ਬਹੁਤ ਬੜੀਆਂ ਮੁੰਡਾ ਲਓ ਜੀ ਆ ਹੈਗਾ ਜੀ ਜੀ ਗਰੋਜ਼ੇ ਪਹਿਲੀ ਈਵੋ ਗਰੋਜ਼ਾ ਆਈ ਹੈ ਜੀ ਇਹਦਾ ਦੇਖ ਲਓ ਜੀ ਇਹਦਾ ਫਾਈਨਲ ਲੁੱਕ ਦੇਖੋ ਜੀ ਜਨਾਬ ਕਿੱਡਾ ਜ਼ਬਰਦਸ ਐਨੀਮੇਸ਼ਨ ਇਹਦੀ ਬਣਾਈ ਗਈ ਹੈ ਇਹਦਾ ਫੈਡਡ ਵੀਲ ਕੱਢਾਂਗੇ ਤੇ ਫਿਰ ਇਹਨੂੰ ਚਲਾਾਂਗੇ ਅਪਗ੍ਰੇਡ ਕਰਾਂਗੇ ਤੇ ਫੜਾ ਫੜਾ ਸਪੀਡ ਮਾਰਨੀ ਬੜੀ ਹੈ ਤਾਂ ਕਿ ਮੈਂ ਨਾ ਇਹਨੂੰ ਫੜਾ ਫੜਾ ਕੱਢ ਕੇ ਤੁਹਾਨੂੰ ਇਹੋ ਸੈਕਸ਼ਨ 'ਚ ਲੈ ਕੇ ਜਾਵਾਂ ਤੇ ਉਸ ਜਗ੍ਹਾ ਇਹਦਾ ਮੋਡ ਤੇ ਇਹਦੇ ਜਿਹੜੇ ਲੈਵਲ ਨੇ ਨਾ ਉਹ ਸਟਾਰਟ ਦੇ ਨੇ ਸਾਰੇ ਮੈਂ ਵੈਸੇ ਵਧਾ ਦੇਗਾ ਐਂਡ ਵਾਲਾ ਲੈਵਲ ਵਧਾ ਦੇ ਤੇ ਤੁਹਾਨੂੰ ਇਹਦਾ ਇਹ ਮੋਡ ਜਿਹੜਾ ਨਾ ਉਹ ਦਿਖਾਣਾ ਹੈਗਾ ਕਿਦਾਂ ਦਾ ਚੰਗਾ ਮੋਡ ਹੈ ਮੈਂ ਲੱਬੀ ਜਾ ਕੇ ਚੱਕ ਵੀ ਕੀਤਾ ਹੈ ਉਹ ਸੌਰੀ ਟ੍ਰੇਨਿੰਗ 'ਚ ਜਾ ਕੇ ਤੇ ਬੜੀ ਵਧੀਆ ਚੱਲਦੀ ਹੈ ਜੀ ਤੇ ਏ ਜਨਾਬ ਆ ਗਿਆ ਜੀ ਇਹਦਾ ਨਵਾਂ ਆਇਆ ਲੂਟ ਬਾਕਸ ਲੈਪਟਾਪ ਜੇ ਲੱਗਦਾ ਤੇ ਇਹ ਆ ਗਈ ਇਹਦਾ ਬੈਨਰ ਤੇ ਇਹ ਆ ਗਿਆ ਜੀ ਗਰੋਦਾ ਉਫਰੋਦਾ ਚਲੋ ਜੀ ਹੁਣ ਚਲੀਏ ਜੀ ਚਲਦੇ ਆ ਉਹਦੇ ਈਵੋ ਸੈਕਸ਼ਨ ਦੇ ਖਾਨੇ ਵਿੱਚ ਇਹ ਦੇਖੋ ਜੀ ਇਹ ਹੋ ਗਿਆ ਜੀ ਫਾਈਨਲ ਲੁੱਕ ਆ ਗਿਆ ਜੀ ਇਹ ਤੁਹਾਡੇ ਅੱਖਾਂ ਦੇ ਸਾਹਮਣੇ ਕੋਈ ਧੋਖਾ ਨਹੀਂ ਤੇ ਕੋਈ ਫਰਾਡ ਨਹੀਂ ਇਹ ਦੇਖੋ ਜੀ ਬੜਾ ओपी ਜਿਹਾ ਬਣਾਇਆ ਜੀ ਅਛਾ ਜੋ ਬੰਦਾ ਹੈ ਨਾ ਫੁੜਕਦਾ ਹੈ ਨਾ ਯਾਨੀ ਕਿ ਫੁੜਕਣ ਦਾ ਮੁਰਾਦ ਬੰਦਾ ਵੀ ਮਰਦਾ ਤੇ ਭੂਮ ਲਿਖਿਆ ਹੁੰਦਾ ਠੀਕ ਹੈ ਤੇ ਮਰਨ ਵਾਲੇ ਨੂੰ ਜਦੋਂ ਪਤਾ ਚੱਲਦਾ ਹੈ ਕਿ ਮਿਰਚੋਂ ਭੂਮ ਨਿਕਲਿਆ ਤੇ ਮੇਰਾ ਤੇ ਸੋਚਣਾ ਇਹ ਹੈ ਉਹਨੂੰ ਗੁੱਸਾ ਤੇ ਬੜਾ ਜਣਨਾ ਕਿ ਭਾਈ ਜੀ ਆ ਤੇ ਭੂਮ ਕਢਿਆ ਨੇ ਮੇਰੇ ਵਿੱਚੋਂ ਅਗਰ ਇਹਦਾ ਜਨਾਬ ਇਮੋਟ ਤੁਸੀਂ ਚੈੱਕ ਕਰੋ ਇਹ ਦੇਖੋ ਜਨਾਬ ਇਹ ਚੰਗਾ ਮੋੜ ਬਣਾਇਆ ਇਨੋਂ ਉਹ ਹੱਜ ਫੜ ਗਈ ਦਿਖਾਵਾਂਗੇ ਕਿ ਹੱਜ ਫੜੀ ਕਿਦਾਂ ਦੀ ਲੱਗਦੀ ਹੈ ਆ ਦੇਖ ਲਓ ਜੀ ਹੱਜ ਫੜਿਆ ਇਦਾਂ ਦੀ ਲੱਗਦੀ ਹੈ ਵੀਡੀਓ ਪਸੰਦ ਆਵੇ ਤੇ ਵੀਡੀਓ ਨੂੰ ਲਾਇਕ ਲਾਜ਼ਮੀ ਕਰਿਓ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਿਓ ਤੇ ਆਪਣੇ ਛੋਟੇ ਨਿੱਕੇ ਮੁੰਨੇ ਭਰਾਵਾਂ ਦਾ ਖਿਆਲ ਰੱਖਿਓ ਅੰਮੀ ਅੱਬੇ ਨੂੰ ਤੰਗ ਨਾ ਕਰਿਓ ਨਿੱਦ ਲਿੱਤਰ ਲਾਜ਼ਮੀ ਬੈਣਗੇ ਰਾਤ ਦੇ 4 ਵਜੇ ਨੇ ਮੈਂ ਕਿਹਾ ਜੀ ਇਹ ਵੀਡੀਓ ਮੈਂ ਬਣਾ ਕੇ ਤੇ ਅਪਲੋਡ ਕਰਕੇ ਫੇਰ ਹੀ ਸੋਣਾ ਤੇ ਮੈਂ ਤੁਸੀਂ ਮੈਂ ਸੁੱਤਾ ਹੋਣਾ ਤੇ ਤੁਸੀਂ ਜਨਾਬ ਇਹ ਵੀਡੀਓ ਦੇ ਵੀਊ ਚੱਪੜ ਭਾੜ ਵੀਊ ਦੇ ਦਿਓ